ਡਾਕਟਰ ਪ੍ਰਦੀਪ ਕੌੜਾ ਦੀ ਪੁਸਤਕ ਚਿੜੀਆਂ ਦੀ ਕਹਾਣੀ 20 ਦਾ ਨੋਟ ਪੂਰੀ ਦਵਾਈ ਤਾਂ 25 ਰੁਪਏ ਦੀ ਆਉਂਦੀ ਹੈ ਪਰ ਨੂਹ ਨੇ ਤਾਂ ਸਿਰਫ 20 ਦਾ ਨੋਟ ਹੀ ਦਿੱਤਾ ਸੀ ਇੱਕ ਵਾਰ ਤਾਂ 20 ਦਾ ਨੋਟ ਫੜਦੇ ਮਿਲਖਾ ਸਿੰਘ ਦੇ ਮਨ 'ਚ ਆਇਆ ਵੀ ਸੀ ਕਿ ਨੂਹ ਰਾਣੀ ਨੂੰ ਯਾਦ ਕਰਵਾਤਾ ਜਾਏ ਪਰ ਫਿਰ ਸੋਚਿਆ ਕੀ ਕਹਿਣਾ ਪੂਰੇ ਪੱਤੇ ਦੀ ਬਜਾਏ ਦੋ ਗੋਲੀਆਂ ਘੱਟ ਸਹੀ ਸਾਈਕਲ ਨੂੰ ਸਟੈਂਡ ਤੋਂ ਉਤਾਰਦੇ ਹੋਏ ਸਭ ਕੁਝ ਜਾਣਦੇ-ਬੁੱਝਦੇ ਵੀ ਮਿਲਖਾ ਸਿੰਘ ਨੇ ਇੱਕ ਵਾਰ ਦਲੀਲਾਂ ਦੇ ਕੇ ਮਨ ਨੂੰ ਸਮਝਾਈ ਲਿਆ ਸੀ ਸਾਈਕਲ ਨੂੰ ਗੇਟ ਤੋਂ ਬਾਹਰ ਕੱਢਦੇ ਨੂਹ ਦੀ ਆਵਾਜ਼ ਸੁਣਾਈ ਦਿੱਤੀ ਆਪਾ ਜੀ ਛਿੰਦੀ ਨੂੰ ਵੀ ਨਾਲ ਲੈ ਜਾਓ ਸਾਈਕਲ ਤੇ ਬਿਠਾ ਕੇ ਬਾਜ਼ਾਰੀਂ ਕੁਝ ਖਾਣ ਨੂੰ ਦਵਾ ਦੇਣਾ ਰੀ ਰੀ ਕਰਦੇ ਛਿੰਦੀ ਨੂੰ ਕੁਚੜ ਚੁੱਕੀ ਆਉਂਦੀ ਨੂਹ ਨੇ ਸਾਈਕਲ ਦੇ ਪਿੱਛੇ ਕੈਰੀਅਰ ਤੇ ਬਿਠਾ ਦਿੱਤਾ ਦਵਾਈ ਜੋਗੇ ਤਾਂ ਪੈਸੇ ਪਹਿਲਾਂ ਹੀ ਪੂਰੇ ਨਹੀਂ ਸੀ ਉਤੋਂ ਛਿੰਦੀ ਨੂੰ ਵੀ ਕੁਝ ਦਵਾ ਦੇਣ ਦੀ ਨੂਹ ਦੀ ਹਦਾਇਤ 'ਚ ਉਲਝਿਆ ਮਲਖਾ ਸਿੰਘ ਬਾਜ਼ਾਰ ਵੱਲ ਨੂੰ ਚੱਲ ਪਿਆ ਵੀਆਂ ਦੀ ਥੰ 15 ਰੁਪਏ ਦੀਆਂ 6 ਗੋਲੀਆਂ ਹੀ ਲੈ ਲੈਣਾ ਤਿੰਨ ਦਿਨ ਤਾਂ ਟੱਪਣਗੇ ਫੇਰ ਦੀ ਫੇਰ ਦੇਖੀ ਜਾਊਗੀ ਸੋਚ ਕੇ ਮਿਲਖਾ ਸਿੰਘ ਨੇ ਬੱਚੇ 5 ਰੁਪਏ ਦੀ ਪੁੱਤਰੇ ਨੂੰ ਕੁਲਫੀ ਲੈ ਦਿੱਤੀ ਤੇ ਮੋਟਰਸਾਈਕਲ ਦੇ ਪਿਛਲੇ ਕੈਰੀਅਰ ਤੇ ਬਿਠਾ ਲਿਆ ਹਾਂਏ ਠੀਕ ਰਹੇਗਾ ਜੇਕਰ ਘਰ ਜੰਗੀਰ ਕੌਰ ਨੇ ਘਟ ਦਵਾਈ ਲਿਆਉਣ ਬਾਰੇ ਪੁੱਛਿਆ ਕਿ ਇਹ ਦੇਵਾਂਗਾ ਕਿ ਦੁਕਾਨ ਵਾਲੇ ਕੋਲ ਸਿਰਫ 6 ਗੋਲੀਆਂ ਸੀ ਆਪਣੀ ਉਦੇੜ ਬੁੰਚ ਜਿਉਂ ਹੀ ਮਿਲਖਾ ਸਿੰਘ ਨੇ ਸਾਈਕਲ ਘਰ ਵਾਲੀ ਗਲੀਵਾਲ ਮੂੜੀ ਸੀ ਕਿ ਮौज ਨਾਲ ਲੱਤਾਂ ਹਲਾ ਹਲਾ ਕੇ ਕੁਲਫੀ ਖਾਂਦੇ ਛਿੰਦੀ ਦਾ ਪੈਰ ਪਿਛਲੇ ਪਈਏ 'ਚ ਆ ਗਿਆ ਹੜਬੜਾ ਕੇ ਬ੍ਰੇਕ ਲਗਾਉਣ ਲੱਗੇ ਮਿਲਖਾ ਸਿੰਘ ਦਾ ਸੰਤੁਲਨ ਵਿਗੜ ਗਿਆ ਪਰ ਡਿੱਗਦੇ ਡਿੱਗਦੇ ਨੇ ਵੀ ਆਪਣੇ ਗਿੱٹے ਗੋਡਿਆਂ ਦੀ ਪ੍ਰਵਾਹ ਕੀਤੇ ਬਿਨਾਂ ਛਿੰਦੀ ਨੂੰ ਬੋਚਣ ਦੀ ਪੂਰੀ ਵਾਹ ਲਾ ਦਿੱਤੀ ਵਿਲਕਦੇ ਹੋਏ ਛਿੰਦੀ ਨੂੰ ਪੁਚਕਾਰਦਾ ਹੋਇਆ ਮਿਲਖਾ ਸਿੰਘ ਹੋਰ ਕੁਲਫੀ ਲੈ ਕੇ ਦੇਣ ਦੀ ਦੇਣ ਦਾ ਲਾਰਾ ਲਾਉਂਦਾ ਹੋਇਆ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦਾ ਘਰ ਵੱਲ ਨੂੰ ਆ ਰਿਹਾ ਸੀ ਕਿ ਛਿੰਦੀ ਦੇ ਰੋਣ ਦੀ ਆਵਾਜ਼ ਸੁਣ ਕੇ ਨੂੰ ਪੁੱਤ ਦੋਵੇਂ ਬਾਹਰ ਆ ਗਏ ਪਪਾ ਜੀ ਤੁਹਾਡਾ ਵੀ ਕੋਈ ਦੋਸ਼ ਨਹੀਂ ਤੁਹਾਨੂੰ ਖੁੱਲੇ ਪੈਸੇ ਜੋ ਮਿਲਦੇ ਨੇ ਤਾਂ ਹੀ ਤਾਂ ਜਵਾਕਾਂ ਨੂੰ ਖਰਾਬ ਕਰੀ ਜਾਂਦੇ ਹੋ ਗੰਦ ਭਾਰ ਰੱਖਿਆ ਸਾਰੇ ਘਰ 'ਚ ਤੁਸੀਂ ਆਹ ਦੇਖ ਲਓ ਮੁੰਡੇ ਦਾ ਪੈਰ ਤੋੜਤਾ ਪਤਾ ਨਹੀਂ ਕੀ ਕੁਝ ਬੋਲਦੇ ਪੁੱਤ ਨੇ ਸਕੂਟਰ ਨੂੰ ਕਿੱਕ ਮਾਰੀ ਘਰ ਵਾਲੀ ਨੂੰ ਪਿੱਛੇ ਬਿਠਾ ਕੇ ਛਿੰਦੀ ਨੂੰ ਦਿਖਾਉਣ ਲਈ ਡਾਕਟਰ ਕੋਲ ਲੈ ਗਏ ਪੈਂਟ ਥੱਲਿਓਂ ਉੱਚੜੇ ਹੋਏ ਗੋਡਿਆਂ 'ਚੋਂ ਸਿੰਮਦਾ ਹੋਇਆ ਖੂਨ ਮਿਲਖਾ ਸਿੰਘ ਦੇ ਗਿੱਟਿਆਂ ਤੱਕ ਆ ਚੁੱਕਾ ਸੀ ਪਰ ਨੂੰ ਪੁੱਤ ਦੇ ਭਾ ਦੀ ਤਾਂ ਸੱਟ ਸਿਰਫ ਛਿੰਦੀ ਦੇ ਵੱਜੀ ਸੀ ਧੰਨਵਾਦ